ਪਰਾਲੀ ਨਾਲ ਕਿਸਾਨ ਕਮਾਉਣਗੇ ਪੈਸੇ। ਬਣਾ ਦਿੱਤੀ ਪਰਾਲੀ ਤੋਂ ਕੋਲੇ ਬਣਾਉਣ ਵਾਲੀ ਮਸ਼ੀਨ, ਨਹੀਂ ਪਵੇਗੀ ਪਰਾਲੀ ਨੂੰ ਸਾੜਨ ਦੀ ਜ਼ਰੂਰਤ। ਅਕਸਰ ਹੀ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਕਿਸਾਨ ਉਸਦੀ ਨਾੜ ਨੂੰ ਅੱਗ ਲਗਾ ਦਿੰਦੇ ਨੇ, ਜਿਸ ਕਰਕੇ ਆਸ ਪਾਸ ਧੂੰਏ ਕਾਰਨ ਮੌਸਮ ਕਾਫੀ ਖਰਾਬ ਹੋ ਜਾਂਦਾ, ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਸਰਕਾਰ ਵੱਲੋਂ ਵੀ ਕਈ ਕਦਮ ਚੁੱਕੇ ਤਾਂ ਜਾਂਦੇ ਨੇ, ਪਰ ਫਿਰ ਵੀ ਇਸ ਸਮੱਸਿਆ ਨੂੰ ਜੜੋਂ ਖਤਮ ਨਹੀਂ ਕੀਤਾ ਜਾ ਸਕਿਆ। ਪਰ ਹੁਣ ਇਸ ਉਦਯੋਗਪਤੀ ਵੱਲੋਂ ਅਜਿਹੀ ਮਸ਼ੀਨ ਬਣਾਈ ਗਈ ਹੈ ਜੋ ਕਿ ਪਰਾਲੀ ਤੋਂ ਕੋਲਾ ਬਣਾਉਂਦੀ ਹੈ। ਇਸ ਉਦਯੋਗਪਤੀ ਨੇ ਕਿਹਾ ਕਿ ਉਸਨੇ ਕਈ ਵਾਰ ਇਹ ਪ੍ਰਪੋਜ਼ਲ ਸਰਕਾਰ ਨੂੰ ਵੀ ਭੇਜਿਆ, ਪਰ ਸਰਕਾਰ ਦੇ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਦੀ ਕੀਮਤ 2.5 ਕਰੋੜ ਦੇ ਕਰੀਬ ਹੈ। ਜੇਕਰ ਸਰਕਾਰ ਨਹੀਂ ਖਰੀਦੇਗੀ ਤਾਂ ਉਹ ਖੁਦ ਇਸ ਨੂੰ ਖਰੀਦਣਗੇ, ਕਿਉਂਕਿ ਇਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ। ਨਾ ਸਿਰਫ ਵਾਤਾਵਰਣ ਸਾਫ ਰਹੇਗਾ, ਸਗੋਂ ਕਿਸਾਨਾਂ ਦਾ ਵੀ ਇਸ ਦੇ ਵਿੱਚ ਕਾਫੀ ਮੁਨਾਫਾ ਹੋਵੇਗਾ। ਦੇਖੋ, ਕਿਸਾਨਾਂ ਨਾਲ ਜਿਹੜੀ ਗੱਲਬਾਤ ਹੁੰਦੀ ਹੈ, ਕਿਸਾਨ ਕੋਈ ਵੀ ਆਪਣੇ ਦਿਲੋਂ ਕੋਈ ਅੱਗ ਲਗਾਉਣਾ ਚਾਹੁੰਦਾ ਨਹੀਂ। ਇਹ ਗੱਲਾਂ ਕਿਸਾਨਾਂ ਦੀਆਂ ਮਜਬੂਰੀਆਂ ਦੀਆਂ ਗੱਲਾਂ ਹੋ ਰਹੀਆਂ ਕਿ ਮਜਬੂਰੀ 'ਚ ਸਾਨੂੰ ਅੱਗ ਲਾਉਣੀ ਪੈਂਦੀ ਹੈ ਜਾਂ ਲਾਉਂਦਾ ਹੋਊਗਾ ਜਾਂ ਕੋਈ ਬੰਦੇ ਲਾਉਂਦੇ ਹੈ। ਤਾਂ ਗੱਲ ਇਹ ਕਿ ਜੇ ਪਰਾਲੀ ਦਾ ਸਾਡੇ ਕੋਲ ਅੱਗੇ ਨਿਕਾਸੀ ਨਹੀਂ ਹੋਗੀ, ਅਸੀਂ ਕੀ ਕਰੀਏ? ਹਜ਼ਾਰਾਂ ਰੁਪਏ ਖਰਚਦੇ ਜਾਂ ਕਲੈਕਸ਼ਨ ਦੇ ਵਾਰੇ ਖਰਚਦੇ, ਅੱਗੇ ਨਿਕਾਸੀ ਨਹੀਂ ਹੁੰਦੀ। ਅਤੇ ਇਹ ਉਹਨਾਂ ਦੀ ਬੜੀ ਇੱਕ ਦੁੱਖ ਦੀ ਰੱਬ 'ਚ ਹੈਗੀ ਹੈ, ਕਿਸਾਨ ਅੱਗੇ ਮਰਿਆ ਅੱਗੇ ਕੀ ਕਰੂਗਾ? ਜਿਹੜੀ ਮਸ਼ੀਨ ਬਣਾਈ ਹੈ, ਇਹ ਵਰਲਡ ਦੀ ਕੋਈ ਮਸ਼ੀਨ ਹੈ ਜਿਹੜੀ ਪਰਾਲੀ ਤੋਂ ਕੋਲਾ ਬਣਾਉਂਦੀ? ਦੇਖੋ, ਉਹ ਸਭ ਆਪਣਾ ਆਪਣੀ ਟੈਕਨੋਲੋਜੀ ਹੈਗੀ। ਮੈਂ ਤਾਂ ਟੈਕਨੋਲੋਜੀ ਦੀ ਗੱਲ ਕਰਦਾ, ਮੈਨੂੰ ਤਾਂ ਆਪਣਾ ਪਤਾ ਕਿ ਪੇਟੈਂਟਡ ਟੈਕਨੋਲੋਜੀ ਹੈਗੀ ਹੈ ਕਿ ਮੈਂ ਇੱਥੇ ਡਿਵੈਲਪ ਕੀਤੀ ਹੈ ਕਿ ਇਹਦੇ ਵਿੱਚ ਤੁਸੀਂ ਕਿਸੇ ਵੀ ਆਪਣਾ ਵੇਅਰ ਦੇਰ ਇਜ਼ ਫਾਇਰ ਦੇਰ ਇਜ਼ ਸਮ ਫਿਊਲ, ਕੁਛ ਵੀ ਚੀਜ਼ ਜਿਸ 'ਚ ਅੱਗ ਲੱਗਦੀ ਹੈ ਨਾ ਜੀ, ਉਹਨੂੰ ਅਸੀਂ ਕੋਲੇ 'ਚ ਕਨਵਰਟ ਕਰ ਸਕਦੇ ਹਾਂ। ਕਿਉਂਕਿ ਬੇਸਿਕਲੀ ਤਾਂ ਫਿਊਲ ਤਾਂ ਹੈ ਹੀ ਹੈ ਨਾ ਪਰਾਲੀ, ਜਿਸ ਖੇਤਾਂ 'ਚ ਅੱਗ ਲੱਗਦੀ ਪਈ ਹੈ ਅਤੇ ਉਹ ਬਰਬਾਦੀ ਕਰਦੀ ਹੈ, ਇਹ ਬੋਇਲਰ 'ਚ ਲੱਗ ਜਾਵੇ ਅਤੇ ਤੁਹਾਡਾ ਕੋਲਾ ਜਿਹੜਾ ਪੋਲਿਊਸ਼ਨ ਬਚਾ ਲਓਗੀ। ਦੇਖੋ, NTPC ਜਿਹੜੀ ਹੈਗੀ ਹੈ ਜਾਂ ਥਰਮਲ ਪਲਾਂਟਸ ਹੈ, ਇੱਕ ਬੜਾ ਇੰਟਰਸਟਿੰਗ ਫੈਕਟ ਹੋਊਗਾ ਕਿ ਸਾਰਾ ਚਾਹੇ ਥਰਮਲ ਪਲਾਂਟਸ ਹੈ ਜਾਂ ਸਟੀਲ ਇੰਡਸਟਰੀ ਹੈ ਜਾਂ ਸੀਮੈਂਟ ਇੰਡਸਟਰੀ ਹੈ, ਇਸ ਵੇਲੇ ਇਹਨਾਂ 'ਤੇ ਸਰਕਾਰ ਦਾ ਡੰਡਾ ਹੈ ਕਿ ਕੋਲਾ ਬੰਦ ਕਰਕੇ ਬਾਇਓਕੋਲ 'ਤੇ ਆਉਣ। NTPC ਹੈ ਜਾਂ ਥਰਮਲ ਪਲਾਂਟਸ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਵੀ ਕੋਲੇ ਦਾ ਸਬਸਟੀਟਿਊਟ ਚਾਹੀਦਾ, ਉਹਨਾਂ ਨੂੰ ਬਾਇਓਮਾਸ ਦੇ ਬਰਾਊਨ ਪੈਲਟਸ ਨਹੀਂ ਚਾਹੀਦੇ, ਉਹ ਸਿੱਧਾ ਬਾਲਣ ਦੀ ਦੌੜ, ਉਹਨਾਂ ਨੂੰ ਕੋਲੇ ਦਾ ਸਬਸਟੀਟਿਊਟ ਇਹੀ ਟੈਕਨੋਲੋਜੀ ਹੈ ਐਕਸੈਪਟ ਕੀਤੀ ਜਾ ਰਹੀ ਹੈ। ਟਾਈਮ ਦੇ ਨਾਲ ਟਾਈਮ ਲੱਗਦਾ, ਮੈਂ ਕਹਿੰਦਾ ਉਹਨਾਂ ਟਾਈਮ ਲੱਗਦਾ, ਹੁਣ ਉਸ ਟੈਕਨੋਲੋਜੀ ਨੂੰ ਐਕਸੈਪਟੈਂਸ ਬਣਦੀ ਪਈ। ਪਰ ਜਿਹੜਾ ਪਰਾਲੀ ਨੂੰ ਲੈ ਕੇ, ਕਿਉਂਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਵਿੱਚ ਕਾਫੀ ਵੀ ਦੇਖਿਆ ਪਿੱਛੇ ਗੱਲਬਾਤ ਹੁੰਦੀ ਹੈ, ਕਿਸਾਨਾਂ ਨੂੰ ਲੈ ਕੇ ਖਾਸ ਟਾਰਗੇਟ ਵੀ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ, ਤੁਸੀਂ ਪਰਾਲੀ ਤੋਂ ਕੋਇਲਾ ਬਣਾਉਣ ਵਾਲੀ ਮਸ਼ੀਨ ਬਣਾਈ। ਹੁਣ ਕਿਸਾਨ ਆਗੂ ਕੀ ਕਹਿ ਰਹੇ ਕਿ ਉਹ ਮਸ਼ੀਨ ਜਿਹੜਾ ਖਰੀਦਣਗੇ ਜਾਂ ਫਿਰ ਕਿਵੇਂ ਤੁਹਾਡਾ ਰਾਬਤਾ ਕਾਇਮ ਕਰੇ? ਕਿਸਾਨ ਆਗੂ ਪੂਰੇ ਇਹਦੇ ਵਿੱਚ ਪੂਰਾ, ਦੇਖੋ ਇਹਦਾ ਮਿਲ ਜੁਲ ਕੇ ਕਰਨ ਵਾਲੀ ਚੀਜ਼ ਹੈ। ਕਿਸਾਨ ਆਗੂ ਸਾਨੂੰ ਪਰਾਲੀ ਇਕੱਠੀ ਕਰਕੇ ਦੇਣ ਨੂੰ ਤਿਆਰ ਹੈ, ਸਾਡਾ ਸਹਿਯੋਗ ਕਰਨ ਨੂੰ ਤਿਆਰ ਹੈ। ਲੋਕਲ ਇੰਡਸਟਰੀ ਡਿਵੈਲਪ ਹੋ ਜਾਊਗੀ ਜੇ ਇਹ ਪਿੰਡਾਂ ਦੇ ਵਿੱਚ ਸਾਡੀਆਂ ਮਸ਼ੀਨਾਂ ਲੱਗ ਜਾਂਦੀਆਂ ਹੈ, ਉੱਥੇ ਲੋਕਲ ਇੰਡਸਟਰੀ ਲੋਕਲ ਇਕਾਨਮੀ 'ਚ ਕਿੰਨਾ ਫਰਕ ਪਊਗਾ? ਇੱਕ ਸਿਆਣਾ ਮੈਨੂੰ ਸਥਾਨਕ ਜਾਣਕਾਰ ਦੱਸਦਾ ਪਿਆ ਕਿ ਜੇ ਪਰਾਲੀ ਜਾਂ ਫਿਊਲ ਵੱਲ ਤੁਰ ਪੈਂਦੇ ਆ ਨਾ, 3 ਲੱਖ ਕਰੋੜ ਪੰਜਾਬ ਦੀ ਇਕਾਨਮੀ 'ਚ ਜੁੜ ਜਾਊ, ਇੰਨਾ ਵੱਡਾ ਕੰਮ ਹੈਗਾ। ਕਿਸਾਨ ਸਾਡੇ ਨਾਲ ਕੰਮ ਕਰਨ ਨੂੰ ਤਿਆਰ ਹੈ, ਸਰਕਾਰ ਸੀਰੀਅਸਲੀ ਇਸ ਪਾਸੇ ਨੂੰ ਤੁਰ ਪਵੇ ਤਾਂ ਮੈਂ ਸਿਰਫ ਇਨਵਾਇਰਮੈਂਟ ਦੀ, ਇਨਵਾਇਰਮੈਂਟ ਸਾਡਾ ਬਚ ਜਾਊ, ਸਾਡਾ ਪੰਜਾਬ ਬਚ ਜਾਊ, ਸਾਡਾ ਇੰਡੀਆ ਦੇ ਵਿੱਚ ਗ੍ਰੀਨ ਐਨਰਜੀ ਮਿਲ ਜਾਊ, ਸਾਡੀ ਡਿਪੈਂਡੈਂਸੀ ਦੂਜੇ ਮੁਲਕਾਂ 'ਤੇ ਖਤਮ ਹੋ ਜਾਊਗੀ ਫਿਊਲ ਦੇ ਲਈ। ਅਤੇ ਇੱਕ ਐਸਾ ਪ੍ਰੋਡਕਟ ਹੈ ਜਿਹੜਾ ਧਿਆਨ ਸਾਡੀ ਜਿਨਸਾਂ ਦੇ ਲਈ, ਆਉਣ ਵਾਲੀ ਜਨਰੇਸ਼ਨ ਦੇ ਲਈ ਇਹ ਜ਼ਰੂਰੀ ਹੈ।
ਕਿ ਅਸੀਂ ਰਿਨਿਊਏਬਲ ਐਨਰਜੀ ਦੀ ਇੱਕ ਬਹੁਤ ਵੱਡੀ ਸੋਰਸ ਆ, ਬਾਇਓਮਾਸ ਜਾਂ ਐਗਰੀਕਲਚਰ ਰੈਜੀਡਿਊ ਬੋਲਦੇ ਨੇ, ਇਹ ਇੱਕ ਜ਼ਰੂਰੀ ਸੋਰਸ ਨੂੰ ਖੇਤਾਂ 'ਚ ਸੜ ਗਈ, ਖੇਤਾਂ 'ਚ ਅੱਗ ਲੱਗ ਗਈ, ਇਹਨੂੰ ਵਰਤੋਂ 'ਚ ਲੈ ਕੇ ਆਵਾਂਗੇ ਤਾਂ ਹੀ ਸਾਡੀ ਧਰਤ ਬਚਣੀ ਹੈ, ਤਾਂ ਹੀ ਸਾਡਾ ਮੁਲਕ ਬਚਣਾ, ਇੰਡੀਆ ਬਚਣਾ, ਤਾਂ ਹੀ ਪੰਜਾਬ ਬਚਣਾ, ਤਾਂ ਹੀ ਅਸੀਂ ਸਾਰੇ ਬਚਣੇ। ਪਰ ਜਿਹੜਾ ਸਰਕਾਰ ਨੂੰ ਪ੍ਰਪੋਜ਼ਲ ਦਿੱਤਾ ਕਿ ਸਰਕਾਰ ਇਹ ਮਸ਼ੀਨਾਂ ਲੈ ਰਹੀ, ਕਿਉਂਕਿ ਪਹਿਲਾਂ ਵੀ ਤੁਸੀਂ ਮਸ਼ੀਨ ਬਣਾਈ ਸੀ ਜਿਹੜੀ ਕੂੜੇ ਤੋਂ ਖਾਦ ਬਣਾਉਂਦੀ ਸੀ, ਉਹ ਤਾਂ ਪਰਾਲੀ। ਦੇਖੋ ਇਹਦੇ ਵਿੱਚ ਇੱਕ ਸਰਕਾਰ ਦੇ ਕੋਲ ਸਾਨੂੰ ਇੰਨੇ ਕੁ ਸਹਿਯੋਗ ਦੀ ਉਮੀਦ ਕਰਦੇ ਹਾਂ ਕਿ ਸਾਡਾ ਜਿਹੜਾ ਕਿਸਾਨਾਂ ਨੂੰ ਇਹਦੇ ਲਈ ਇੱਕ ਹੁੰਗਾਰਾ ਦੇਣ, ਹੁੰਗਾਰਾ ਵੀ ਸਰਕਾਰ ਕੋਲੋਂ ਮਿਲ ਜਾਂਦਾ ਹੈ ਤੇ ਸਾਡੇ ਲਈ ਰਸਤੇ ਬਹੁਤ ਸਾਰੇ ਖੁੱਲ ਜਾਂਦੇ ਆ। ਇੰਡਸਟਰੀ ਸਪੈਸ਼ਲ ਨਾਮ ਨੂੰ ਤਿਆਰ ਹੈ ਇਸ ਟੈਕਨੋਲੋਜੀ ਤੇ, ਕਿਸਾਨ ਸਾਨੂੰ ਪਰਾਲੀ ਇਕੱਠੀ ਕਰਕੇ ਦੇਣ ਨੂੰ ਜਾਂ ਹੋਰ ਜਿਹੜੀਆਂ ਹੋਰ ਇਹੋ ਜਿਹੀ ਐਨਰਜੀ ਕ੍ਰੋਪਸ ਬਣਾਉਣ ਦੇ ਲਈ ਤਿਆਰ ਹੈਗਾ। ਜਿਹੜੇ ਤੁਹਾਡੇ ਥਰਮਲ ਪਲਾਂਟਸ ਆ ਉਹਨਾਂ ਨੂੰ ਫਿਰ ਕੋਲੇ ਦੀ ਲੋੜ ਹੈ, ਸਾਡੇ ਕੋਲ ਇੱਕ ਐਨਰਜੀ ਡੈਫੀਸਿਟ ਕੰਟਰੀ ਹੈਗਾ, ਸਾਡੇ ਕੋਲ ਐਨਰਜੀ ਦਾ ਆਪਣੇ ਹੈ ਹੀ ਕੋਈ ਨਹੀਂ ਜੀ। ਇਹਨੂੰ ਐਕਸਲ ਮੈਂ ਬਾਰ ਬਾਰ ਕਹਿੰਦਾ ਹੁੰਦਾ, ਗ੍ਰੀਨ ਰੈਵੋਲਿਊਸ਼ਨ ਆਈ ਸੀ, ਗ੍ਰੀਨ ਰੈਵੋਲਿਊਸ਼ਨ ਵੇਲੇ ਤੁਸੀਂ ਉਹਨਾਂ ਨੂੰ MSP ਵੀ ਦਿੱਤੀ ਕਿਸਾਨਾਂ ਨੂੰ, ਤੁਸੀਂ ਖਾਦਾਂ ਵੀ ਦਿੱਤੀਆਂ, ਤੁਸੀਂ ਟਰੈਕਟਰ ਵੀ ਦਿੱਤੇ, ਤੁਸੀਂ ਪੰਪਾਂ ਲਈ ਲੋਨ ਵੀ ਦਿੱਤੇ, ਤੁਸੀਂ ਬੀਜ ਵੀ ਦਿੱਤੇ। ਇਹ ਦੁਆਰ ਤੋਂ ਐਨਰਜੀ ਬਣਾਉਣ ਦੇ ਲਈ ਵੀ ਤੁਹਾਨੂੰ ਏਦਾਂ ਦਾ ਹੀ ਇੱਕ ਰੈਵੋਲੂਸ਼ਨ ਲੈ ਕੇ ਆਉਣ ਦੀ ਲੋੜ ਹੈ ਤਾਂ ਜੋ ਹਾਲਾਤ ਬਦਲ ਜਾਣ। ਬਿਲਕੁਲ ਸਹਿਮਤ ਹੈ, ਬਿਲਕੁਲ ਸਹਿਮਤ ਹੈ, ਔਰ ਖੁਦ ਆਪਣੇ ਪਲਾਂਟ ਲਗਾਉਣ ਦੇ ਇੱਛੁਕ ਹੈ ਕਿ ਅਸੀਂ ਉਹਨਾਂ ਤੇ, ਉਹ ਤੇ ਬੜੀ ਗੱਲ ਹੋ ਰਹੀ ਸੀ ਕਿ ਸਾਨੂੰ ਅੱਜ ਤੇ ਪਤਾ ਨਹੀਂ ਟੈਕਨੋਲੋਜੀ ਤੁਹਾਡੇ ਕੋਲ ਹੈਗੀ ਹੈ। ਹੁਣ ਦੇਖੋ ਬਹੁਤ ਸਾਰੇ ਕੰਮ ਹੈ, ਸਰਕਾਰਾਂ ਦੇ ਕੰਮ ਹੈ, ਰਾਹਤਾ ਕਾਇਮ ਕਰਵਾਉਣਾ, ਲੋਕਾਂ 'ਚ ਪਹਿਚਾਣ ਬਣਾਉਣੀ, ਜੇ ਟੈਕਨੋਲੋਜੀ ਨੂੰ ਵੈਲੀਡੇਟ ਕਰਨਾ। ਮੈਂ ਜੋ ਮਰਜ਼ੀ ਕਹੀ ਜਾਵਾਂ, ਅਖੀਰ ਤਾਂ ਸਰਕਾਰ ਹੀ ਕਿਸੇ ਟੈਕਨੋਲੋਜੀ ਨੂੰ ਪਾਸ ਕਰੂਗੀ ਤਾਂ ਲੱਗੂਗੀ, ਜੇ ਸਰਕਾਰ ਨਾ ਪਾਸ ਕਰੂਗੀ ਮੈਂ ਜਿੰਨਾ ਮਰਜ਼ੀ ਕਹੀ ਜਾਵਾਂ ਸੱਚਾ ਨਹੀਂ ਹੈ। ਸਰਕਾਰ ਕੋਲ ਸਾਰੀ ਟੈਕਨੀਕਲ ਟੀਮਸ ਹੈ, ਉਹਨਾਂ ਕੋਲ ਪੂਰਾ ਰਾਬਤਾ ਹੈਗਾ ਕਾਇਮ ਕਰਨ ਦਾ। ਸਰਕਾਰ ਕਹੇ ਕਿ ਟੈਕਨੋਲੋਜੀ ਕਾਮਯਾਬ ਹੈ, ਮੈਂ ਅਗਲੇ ਸਾਲ ਦੇ ਤੁਹਾਡੇ ਕੋਲ ਇਸ ਸਾਲ ਦੀ ਮੈਂ ਗਰੰਟੀ ਨਹੀਂ ਲਊਂਗਾ, ਇਸ ਸਾਲ ਫਿਰ ਗੱਲ ਲੱਗਣੀ ਹੈ। ਨੋ ਐਵੀਨਿਊ, ਆਪਾਂ ਪਿੱਛੇ ਜੋ ਖੜੇ ਸੀ ਉੱਥੇ ਖੜੇ ਹੈ। ਅੱਜ ਸਰਕਾਰ ਕਹਿ ਦੇਵੇ ਕਿ ਆਹ ਟੈਕਨੋਲੋਜੀ ਆਪਾਂ ਇਸ ਪਾਸੇ ਤੁਰਨਾ, ਅਗਲੇ ਸਾਲ ਇੱਕ ਤੀਲਾ ਵੀ ਫੁਕਿਆ ਮੈਂ ਗਰੰਟੀ ਲੈਂਦਾ। ਤੁਸੀਂ ਇੱਥੇ ਆਏ ਹੋ ਅੱਜ ਮਸ਼ੀਨ ਦੇਖਣ ਜਿਹੜੀ ਪਰਾਲੀ ਤੋਂ ਕੋਇਲਾ ਬਣਾਉਂਦੀ ਹੈ, ਤੇ ਕਿਵੇਂ ਦੀ ਟੈਕਨੋਲੋਜੀ ਤੁਹਾਨੂੰ ਲੱਗੀ ਔਰ ਤੁਹਾਨੂੰ ਕੀ ਲੱਗ ਰਿਹਾ ਕਿ ਪਰਾਲੀ ਦਾ ਜਿਹੜਾ ਹੱਲ ਹੈ ਨਿਕਲਦਾ ਨਜ਼ਰ ਆ ਰਿਹਾ? ਦੇਖੋ ਜੀ, ਜਿਹੜੀ ਅੱਜ ਟੈਕਨੋਲੋਜੀ ਦੇਖੀ ਆ, ਇਕੱਲੀ ਪਰਾਲੀ ਦਾ ਹੀ ਨਹੀਂ ਹੱਲ ਨਿਕਲਦਾ ਰਿਹਾ ਜਾ ਰਿਹਾ, ਇਹਦੇ ਵਿੱਚ ਜਿਹੜਾ ਕਣਕ ਦਾ ਨਾੜ ਆ, ਇਹਦੇ ਵਿੱਚ ਗੰਨੇ ਦੀ ਖੋਰੀ ਆ, ਜਾਂ ਸਰੋਂ ਦਾ ਮਤਲਬ ਕਿ ਪੂਸ ਆ, ਜਾਂ ਮੂੰਗਫਲੀ ਦਾ ਮਤਲਬ ਛਿਲਕਾ ਆ, ਉਹ ਹਰ ਇੱਕ ਚੀਜ਼ ਦਾ ਹੱਲ ਨਿਕਲਦਾ ਜਾ ਰਿਹਾ ਕਿ ਇਹ ਜਿਹੜੀ ਫੈਕਟਰੀ ਆ ਬਹੁਤ ਵਧੀਆ ਫੈਕਟਰੀ ਆ। ਮੇਰਾ ਖਿਆਲ ਜੀ ਇਹੋ ਜਿਹੀ ਫੈਕਟਰੀਆਂ ਨੂੰ ਸਰਕਾਰ ਪਹਿਲ ਦੇਵੇ ਤਾਂ ਜਿਹੜਾ ਕਿ ਆਪਣਾ ਭਾਰਤ ਆ ਨੰਬਰ 1 'ਤੇ ਆ ਸਕਦਾ। ਪਰ ਸਰਕਾਰਾਂ ਪਤਾ ਨਹੀਂ ਕਿਉਂ ਜਿਹੜੀਆਂ ਕਿ ਆ ਗ੍ਰੀਨ ਐਨਰਜੀ ਲਾਈਆਂ ਬਾਇਓਗੈਸ ਵਾਲੀਆਂ ਫੈਕਟਰੀਆਂ, ਨਾ ਉਹਨੂੰ ਬਾਇਓਗੈਸ ਦਾ ਗ੍ਰੀਨ ਐਨਰਜੀ ਦਾ ਦਿੱਤਾ ਜਾਂਦਾ, ਪਰ ਉਹਦੇ ਵਿੱਚੋਂ ਗੈਸਾਂ ਦੂਜੀਆਂ ਤਿਆਰ ਕੀਤੀਆਂ ਜਾਂਦੀਆਂ ਜਿਹੜੀ ਉਹਦੀ ਵੇਸਟ ਆ, ਜਦੋਂ ਜ਼ਮੀਨ 'ਤੇ ਸਿੱਟਦੇ ਆ ਕਿਸੇ ਧਰਤੀ 'ਤੇ ਪਾਉਂਦੇ, ਉੱਥੇ ਦੋ ਦੋ ਸਾਲ ਫਸਲ ਨਹੀਂ ਹੁੰਦੀ, ਇੰਨਾ ਜ਼ਿਆਦਾ ਮੰਦਾ ਹਾਲ, ਉਹਦੇ ਵਿੱਚ ਸਾਡੇ ਥੱਲੇ ਪੱਤਰਾਂ ਦਾ ਪਾਣੀ ਖਰਾਬ, ਜਿਹੜਾ ਪੋਲਿਊਸ਼ਨ ਆ ਇੰਨਾ ਫੈਲਦਾ 10 ਕਿਲੋਮੀਟਰ ਤੱਕ, ਮਤਲਬ ਇੰਨਾ ਪੋਲਿਊਸ਼ਨ ਹੋ ਜਾਂਦਾ ਕਿ ਪਿੰਡਾਂ ਦੇ ਵਿੱਚ ਦੱਸਦੇ ਸੀ ਜ਼ਿਮੀਦਾਰ ਕਿਸਾਨ ਭਰਾ ਔਰ ਆਮ ਪਬਲਿਕ ਸਾਰੀ ਕਿ ਜਦੋਂ ਰੋਟੀ ਖਾਣ ਵੇਲੇ ਕਈ ਵਾਰੀ ਹਵਾ ਇੱਦਾਂ ਦੀ ਆ ਜਾਂਦੀ ਸੀ, ਉਸੇ ਵੇਲੇ ਉੱਥੇ ਉਲਟੀ ਆ ਜਾਂਦੀ, ਜੇ ਡੱਬੇ ਖੁੱਲ੍ਹੇ ਦੇ ਖੁੱਲ੍ਹੇ ਰਹਿ ਜਾਂਦੇ ਸੀ ਅਤੇ ਰੋਟੀ ਖਾਧੀ ਜਿਹੜੀ ਉਹ ਪਚਦੀ ਨਹੀਂ, ਉਹਦੇ ਨਾਲ ਪੇਟ ਦੀ ਖਰਾਬੀ, ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ, ਕੈਂਸਰ ਵਰਗੀਆਂ ਹੋਰ ਭੈੜਕ ਬਿਮਾਰੀਆਂ। ਪਰ ਨਹੀਂ, ਜੇ ਗੱਲ ਕੀਤੀ ਜਾਵੇ ਇਸ ਮਸ਼ੀਨ ਨੂੰ ਬਣਾਏ 2 ਸਾਲ ਹੋ ਚੁੱਕੇ ਨੇ ਇੰਡਸਟਰੀਜ਼ ਵੱਲੋਂ, ਜਿਹੜਾ ਇਹਦਾ ਪ੍ਰਪੋਜ਼ਲ ਵੀ ਸਰਕਾਰ ਨੂੰ ਗਿਆ, ਹਾਲਾਂਕਿ ਹਜੇ ਤੱਕ ਨਾ ਸਰਕਾਰ ਵੱਲੋਂ ਖਰੀਦੀ ਗਈ ਹੈ ਅਤੇ ਨਾ ਹੀ ਜਿਹੜਾ ਪਰਾਲੀ ਦਾ ਹੱਲ ਨਿਕਲਦਾ ਪਿਆ ਹੈਗਾ, ਕਿ ਇਹਦਾ ਕੋਈ ਹੱਲ ਨਿਕਲੇਗਾ? ਦੇਖੋ ਇਹਦੇ ਨਾਲ ਹੱਲ ਬੜਾ ਵਧੀਆ ਨਿਕਲ ਸਕਦਾ ਜੇ ਸਰਕਾਰ ਇਹਨੂੰ ਪਹਿਲ ਦੇਵੇ। ਮੇਰਾ ਖਿਆਲ, ਮੈਨੂੰ ਇੱਦਾਂ ਲੱਗਦਾ ਜਿਹੜੀ ਮੇਰੀ ਸਮਝ ਕੰਮ ਕਰਦੀ ਆ, ਕਿਤੇ ਇੰਡਸਟਰੀ ਵੱਲੋਂ ਅਜੇ ਥੈਲੀ ਨਹੀਂ ਭੇਟ ਹੁੰਦੀ,
ਇਸ ਕਰਕੇ ਉਹਨੂੰ ਜਿਹੜਾ ਲਾਗੂ ਨਹੀਂ ਕੀਤਾ ਜਾਂਦਾ। ਕਿ ਸਰਕਾਰਾਂ ਵਾਕਈ ਜਿੰਨਾ ਚਿਰ ਕਿਸੇ ਵੱਲੋਂ ਥੈਲੀਆਂ ਨਹੀਂ ਆਉਂਦੀਆਂ ਉਹਨਾਂ ਚਿਰ ਉਸ ਗੱਲ 'ਤੇ ਨਜ਼ਰ ਨਹੀਂ ਮਾਰੀ ਜਾਂਦੀ। ਜਿਹੜੀ ਕਿ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਇੰਪਲੀਮੈਂਟ ਕੀਤਾ ਸੀ ਕਿ ਪਰਾਲੀ ਦੇ ਪੈਰਟ ਬਣਾ ਕੇ ਜਿਹੜੇ ਘੱਟੋ ਘੱਟ ਜਿਹੜੇ ਇੱਟਾਂ ਦੇ ਪੱਠੇ ਆ ਉਹਦੇ ਵਿੱਚ ਚਲਾਇਆ ਜਾਵੇ, ਉਹ ਪਰਾਲੀ ਦੇ ਪੈਰਟ ਉੱਥੇ ਜਲਾਏ ਜਾ ਕਿ ਉਹ ਚਲਾਏ ਗਏ ਨੇ ਅਜੇ ਤੱਕ? ਦੇਖੋ ਬਿਲਕੁਲ ਜਦੋਂ ਉਹਨੇ ਇਹ ਫੈਸਲਾ ਕੀਤਾ ਸੀ ਤਾਂ ਉਦੋਂ ਅਸੀਂ ਬੜਾ ਵਧੀਆ ਸਵਾਗਤ ਕੀਤਾ ਸੀ। ਠੀਕ ਹੈ, ਬਹੁਤ ਵਧੀਆ ਗੱਲ ਹੈ, ਸਰਕਾਰ ਦੀ ਪਹਿਲਕਦਮੀ ਆ ਕਿ ਜਿਹੜਾ ਇੱਟਾਂ ਦੇ ਪੱਠਿਆਂ ਵਿੱਚ ਹੋਰ ਫੈਕਟਰੀਆਂ ਦੇ ਵਿੱਚ ਜਿਹੜਾ ਕੱਚਾ ਕੋਲਾ ਤਿਆਰ ਕੀਤਾ ਜਾਂਦਾ ਅਤੇ ਉਹਦੇ ਵਿੱਚ ਮਤਲਬ ਕਿ ਵਰਤਿਆ ਜਾਊਗਾ, ਅਤੇ ਉਹਦੇ ਨਾਲ ਜਿਹੜਾ ਕਿ ਦੂਰਲੀਆਂ ਸਟੇਟਾਂ ਤੋਂ ਟਰਾਂਸਪੋਰਟ ਹੋ ਕੇ ਕੋਲਾ ਆਉਂਦਾ ਉਹਦੇ ਨਾਲੋਂ ਇਹ ਮੇਰੇ ਖਿਆਲ ਬਹੁਤ ਸਸਤਾ ਪੈ ਸਕਦਾ। ਕਿ ਇਹੋ ਜਿਹਾ ਕੋਲਾ ਵਰਤਣਾ ਚਾਹੀਦਾ ਅਤੇ ਇਹੋ ਜਿਹੀਆਂ ਫੈਕਟਰੀਆਂ ਨੂੰ ਵੀ ਪਹਿਲ ਦਿੱਤੀ ਜਾਣੀ ਚਾਹੀਦੀ ਆ। ਪਰ ਪਤਾ ਨਹੀਂ ਕਿਉਂ ਇਹ ਲਾਗੂ ਕਿਉਂ ਨਹੀਂ ਕੀਤਾ ਜਾਂਦਾ, ਪਰ ਕਿਹਾ ਜਾਂਦਾ ਉਹਨਾਂ ਚੀਜ਼ਾਂ ਨੂੰ ਪਹਿਲ ਨਹੀਂ ਦਿੱਤੀ ਜਾਂਦੀ। ਪਰ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਅਗਰ ਸਰਕਾਰ ਇਹ ਮਸ਼ੀਨ ਨਹੀਂ ਲੈਂਦੀ ਤਾਂ ਕਿਸਾਨ ਜਿਹੜੇ ਜ਼ਿੰਮੀਦਾਰ ਨੇ ਜਾਂ ਕਿਸਾਨ ਜਿਹੜੇ ਉਹ ਇਕੱਠੇ ਹੋ ਕੇ ਇਸ ਮਸ਼ੀਨ ਨੂੰ ਖਰੀਦਣਗੇ, ਇਹਦਾ ਜਿਹੜਾ ਪਰਾਲੀ ਦਾ ਜਿਹੜਾ ਨਿਪਟਾਰਾ ਹੋ ਪਾਏਗਾ ਫਿਰ? ਦੇਖੋ ਕਿਸਾਨ ਆਪਣੇ ਲੈਵਲ 'ਤੇ ਕਿੰਨੇ ਕੁ ਇਹਨਾਂ ਨੂੰ ਇਸ ਗੱਲ ਦੀ ਸਮਝਦੇ ਆ, ਪਰ ਸਾਡੀ ਸਮਝ ਤਾਂ ਆਉਂਦਾ ਬਿਲਕੁਲ ਬਹੁਤ ਵਧੀਆ ਚੀਜ਼ ਆ, ਅਸੀਂ ਤਾਂ ਫਿਰ ਲਾਗੂ ਕਰਾਂਗੇ। ਪਰ ਸਰਕਾਰ ਬਾਕੀ ਫੈਕਟਰੀਆਂ ਨੂੰ 95% ਲੋਨ ਅਤੇ 80-85% ਮਤਲਬ ਕਿ ਜਿਹੜੀ ਸਬਸਿਡੀ ਦਿੱਤੀ ਜਾਂਦੀ ਆ, ਅਤੇ ਕੀ ਗੱਲ ਇਹ ਇਸ ਕੰਮ 'ਤੇ ਜੇ ਕਿਸਾਨ ਨੂੰ ਸਬਸਿਡੀ ਦਿੱਤੀ ਜਾਵੇ ਤਾਂ ਉਸ ਕਿਸਾਨ ਮੇਰਾ ਖਿਆਲ ਹੈ ਪਹਿਲ ਦੇ ਆਧਾਰ 'ਤੇ ਫੈਕਟਰੀਆਂ ਪਿੰਡ ਪਿੰਡ ਫੈਕਟਰੀ ਲੱਗ ਸਕਦੀ ਆ ਇਹਦੇ ਵਿੱਚ ਕੋਈ ਖਰੀਦੇਗਾ ਇਸ ਮਸ਼ੀਨ ਨੂੰ? ਬਿਲਕੁਲ, ਜੇ ਸਰਕਾਰ ਮਾੜਾ ਮੋਟਾ ਇਹਦਾ ਧਿਆਨ ਦੇਵੇ ਤਾਂ ਕਿਸਾਨ ਖਰੀਦੂਗਾ, ਕਿਸਾਨ ਖਰੀਦ ਕੇ ਔਰ ਮੇਰਾ ਖਿਆਲ ਹੈ ਬਹੁਤ ਜਲਦ ਤੋਂ ਜਲਦ ਇਹ ਪ੍ਰੋਡਕਟ ਤਿਆਰ ਕਰ ਸਕਦਾ ਜਿਹੜਾ ਕੋਲੇ ਦਾ। ਮੇਰਾ ਖਿਆਲ ਕੋਲਾ ਬਾਹਰਲੇ ਦੇਸ਼ਾਂ 'ਚੋਂ ਜਿਹੜਾ ਝਾਰਖੰਡ ਤੋਂ ਜਾਂ ਹੋਰ ਕਿਸੇ ਸਟੇਟਾਂ ਤੋਂ ਆਉਂਦਾ ਆ ਉਹਦੀ ਲੋੜ ਨਹੀਂ ਪੈ ਸਕਦੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਿਲਬਾਗ ਸਿੰਘ ਹੈ ਜੀ। ਦਿਲਬਾਗ ਜੀ, ਅੱਜ ਤੁਸੀਂ ਐਕਸਪਰ ਫੈਕਟਰੀ ਆਏ ਹੋ ਜਿਹੜਾ ਪਰਾਲੀ ਤੋਂ ਕੋਲਾ ਬਣਾਉਣ ਵਾਲੀ ਮਸ਼ੀਨ ਦੇਖੀ ਹੈ, ਨਿਰੀਖਣ ਕੀਤਾ ਹੈ, ਕਿਵੇਂ ਦਾ ਪਹਿਲਾਂ ਮਸ਼ੀਨ ਬਾਰੇ ਦੱਸ ਦਿਓ ਕਿ ਕਿਵੇਂ ਦਾ ਲੱਗਿਆ ਕਿ ਜਿਹੜਾ ਪਰਾਲੀ ਦਾ ਨਿਪਟਾਰਾ ਹੁੰਦਾ ਨਜ਼ਰ ਆ ਰਿਹਾ? ਹਾਂਜੀ, ਜਿਸ ਹਿਸਾਬ ਨਾਲ ਨਾ ਇਹਨਾਂ ਨੇ ਫੈਕਟਰੀ ਇਹ ਲੈਬੋਰਟਰੀ ਹੈ ਜੀ ਇੱਕ, ਇਹ ਲੈਬੋਰਟਰੀ ਇਹਨਾਂ ਨੇ ਬਹੁਤ ਸੋਹਣੀ ਤਿਆਰ ਕੀਤੀ ਹੈ, ਇਹਨੂੰ 8-10 ਸਾਲ ਲੱਗ ਗਏ ਇਹਨਾਂ ਨੂੰ ਚਰਨ ਲਾਉਂਦੇ ਨੂੰ ਤਿਆਰ ਕਰਦੇ ਨੂੰ। ਇਹਦੇ ਤੋਂ ਗਾਂ ਇਹਨੇ ਫੈਕਟਰੀ ਤਿਆਰ ਕਰਨੀ ਆ, ਇਹ ਬਹੁਤ ਵਧੀਆ ਉਪਰਾਲਾ ਆ। ਦੇਖੋ ਜੀ, ਹਰੇਕ ਚੀਜ਼ ਦਾ, ਪਰਾਲੀ ਦਾ, ਕਣਕ ਦਾ, ਖੋਰੀ ਦਾ, ਛਿਲਕੇ ਦਾ, ਸਰੋਂ ਦਾ, ਕਿੰਨਾ ਕੁਛ ਇਹਨਾਂ ਨੇ ਉਹਨੂੰ ਕਰਕੇ ਉਹਨੂੰ ਕੋਲਾ ਤਿਆਰ ਕਰ ਰਹੇ ਆ। ਜਿਹੜਾ ਕੋਲਾ ਇਹ ਬਾਹਰੋਂ ਮੰਗਾ ਰਹੇ ਆ ਹੋਰ ਸਟੇਟਾਂ ਤੋਂ, ਉਹ ਜੇ ਇੱਥੇ ਬਣ ਜਾਊਗਾ ਆਪਣੇ ਇਸ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ, ਇਹ ਉਹਨਾਂ ਨੂੰ ਫਾਇਦਾ ਹੋ ਜਾਊਗਾ। ਇੱਕ ਤਾਂ ਆਪਣੇ ਖਰਚਾ ਘੱਟ ਜਾਊਗਾ, ਉਹ ਜਿੱਥੇ ਕੋਈ ਆਪਣੇ ਭੱਠੇ ਵਾਲੇ ਆ, ਕੋਈ ਫੈਕਟਰੀ ਵਾਲਾ ਆ, ਉਹਨਾਂ ਨੂੰ ਉਹ ਛੇਤੀ ਪਹੁੰਚਦਾ ਹੋ ਜਾਊਗਾ ਇਸ ਕੰਮ ਨੂੰ। ਇਹ ਵਧੀਆ ਆ ਪਰਾਲਾ ਜੇ ਆਪਣੇ ਉਹ ਇਹਨੂੰ ਫੈਕਟਰੀ ਨੂੰ ਚਾਲੂ ਕਰ। ਕੀ ਲੱਗ ਰਿਹਾ ਹੈ ਕਿਉਂਕਿ ਪਰਾਲੀ ਨੂੰ ਲੈ ਕੇ ਅਕਸਰ ਕੇਂਦਰ ਸਰਕਾਰ, ਪੰਜਾਬ ਸਰਕਾਰ 'ਚ ਗੱਲਬਾਤ ਹੁੰਦੀ ਹੈ, ਕਿਸਾਨਾਂ ਨੂੰ ਲੈ ਕੇ ਵੀ ਜਿਹੜਾ ਕਿਹਾ ਜਾਂਦਾ ਕਿ ਪਰਾਲੀ ਨੂੰ ਅੱਗ ਨਾ ਲਾ। ਹੁਣ ਮਸ਼ੀਨ ਜਿਹੜੀ ਤਿਆਰ ਹੋ ਚੁੱਕੀ ਹੈ ਤੇ ਪਹਿਲੀ ਮਸ਼ੀਨ ਹੈ ਜਿਹੜੀ ਕੋਇਲਾ ਬਣਾ ਰਹੀ ਹੈ ਪਰਾਲੀ, ਕੀ ਲੱਗ ਰਿਹਾ ਹੈ ਕਿ ਸਰਕਾਰ ਨੂੰ ਇਹ ਮਸ਼ੀਨ ਨੂੰ ਖਰੀਦਣਾ ਚਾਹੀਦਾ ਹੈ ਕਿਉਂਕਿ ਪ੍ਰਪੋਜ਼ਲ ਗਿਆ ਲੇਕਿਨ 2 ਸਾਲ ਤੋਂ ਮਸ਼ੀਨ ਬਣੀ ਹੈ ਲੇਕਿਨ ਖਰੀਦੀ ਨਹੀਂ? ਹਾਂ, ਇਹ ਸਰਕਾਰ ਜਿਹੜੀ ਸੈਂਟਰ ਦੀ ਹੈ ਇਸ ਗੱਲੋਂ ਇਹ ਨਕੰਮੀ ਆ। ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਇੱਦਾਂ ਦੀ ਦੱਸੋ, ਇੱਦਾਂ ਦੇ ਬੰਦੇ ਤਿਆਰ ਕੀਤੀ ਗਈ ਆ, ਸਭ ਕੁਛ ਕੀਤਾ ਗਿਆ ਆ, ਤੁਸੀਂ ਇੱਕ ਜ਼ਹਿਰ ਦੀਆਂ ਜਿਹੜੀਆਂ ਚੀਜ਼ਾਂ ਉਹ ਤੁਸੀਂ ਸਾਨੂੰ ਇੱਥੇ ਲਾ ਰਹੇ ਆ, ਇੱਕ ਜਿਹੜੀ ਇਹ ਆਪਣੇ ਵਧੀਆ ਚੀਜ਼ ਆ ਉਹ ਤੁਸੀਂ ਉਹਦੇ ਵਿਚਾਰੇ ਦਾ ਨਾਂ ਨਹੀਂ ਲੈ ਰਹੇ, ਨਾ ਉਹਦੀ ਤੁਸੀਂ ਕੋਈ ਮਦਦ ਕਰ ਰਹੇ। ਹੋਰਾਂ ਨੂੰ ਤੁਸੀਂ 80%, 90% ਸਬਸਿਡੀ ਤੇ ਲੋਨ ਦੇ ਰਹੇ ਆ, ਕਿਤੇ ਇਹਨੂੰ ਵੀ ਦੇ ਦਿਓ। ਇਹ ਤਾਂ ਮੈਂ ਕਹਿੰਦਾ ਵੀ ਜੇਕਰ ਆਪਣੇ ਨਾ ਤਿਆਰ ਹੋ ਜਾਏ ਪੂਰਾ, ਇਹ ਤਾਂ ਸਾਡੇ ਇੱਕ ਇੱਕ ਪਿੰਡ ਦੇ ਵਿੱਚ ਤਿਆਰ ਹੋ ਜਾਊ, ਉੱਥੋਂ ਕੋਲਾ ਵੀ ਲਿਜਾ ਸਕਦੇ ਹਾਂ। ਜਿਹੜਾ ਕਿਸਾਨ ਭਰਾ ਆ ਉਹ ਆਪਣਾ ਜਿਹੜਾ ਇਹਨਾਂ ਨੇ ਦੱਸਿਆ ਵੀ ਤੁਹਾਨੂੰ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਅਸੀਂ ਬੀਜ ਕੇ ਅਸੀਂ ਸਮਾਂ ਆਪ ਵੇਚਾਂਗੇ,
ਤੇ ਉਹਦੇ 'ਚ ਸਾਡਾ ਪਰਾਲੀ ਦਾ ਵੀ ਫਾਇਦਾ ਹੋ ਜਾਊਗਾ, ਜਿਹੜਾ ਇਹ ਰੋਜ਼ ਹੀ ਹੈ ਨਾ ਪਰਾਲੀ 'ਤੇ ਪਰਚਾ ਹੋ ਗਿਆ, ਪਰਾਲੀ 'ਤੇ ਦਿੱਲੀ ਨੂੰ ਧੂੰਆਂ ਚਲੇ ਗਿਆ, ਪਰਾਲੀ 'ਤੇ ਆਹ ਕੰਮ ਹੋ ਗਿਆ, ਲੈ ਅਸੀਂ ਮੁੜ ਕੇ ਝੋਨਾ ਨੇ ਬੀਜਾਂਗੇ, ਅਸੀਂ ਸਮਾਂ ਆਹ ਚੀਜ਼ ਬੀਜਾਂਗੇ ਅਤੇ ਇਹ ਪਰਾਲੀ ਦਾ ਖਤਮ ਹੀ ਹੋ ਜਾਊਗਾ, ਨਾਲੇ ਸਾਡਾ ਪਾਣੀ ਬਾਜੂ, ਨਾਲੇ ਸਾਡੀ ਬੱਤੀ ਬਾਜੂਗੀ। ਸਾਨੂੰ ਤਾਂ ਸਮਾਂ ਕਿੰਨਾ ਫਾਇਦਾ ਹੋ ਜਾਣਾ ਜੇ ਕਿਤੇ ਇਹ ਫੈਕਟਰੀ ਲੱਗ ਜਾਏ। ਕਿਸਾਨ ਭਰਾਵਾਂ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਕਿਸਾਨ ਭਰਾਵੋ ਜੇ ਹੋ ਗਏ, ਮੈਂ ਕਹਿੰਦਾ ਹਰੇਕ ਪਿੰਡ ਦੇ ਵਿੱਚ ਇੱਕ ਇੱਕ ਫੈਕਟਰੀ ਲੱਗ ਜਾਏ ਤਾਂ ਕਿਸਾਨਾਂ ਦੀ ਪਰਾਲੀ ਜਾਂ ਉਹਨਾਂ ਦਾ ਜੋ ਵੇਸਟਸ ਆ। ਜੇ ਸਰਕਾਰ ਨਹੀਂ ਖਰੀਦ ਰਹੀ ਹੈ ਮਸ਼ੀਨ ਨੂੰ ਜਾਂ ਨਹੀਂ ਲਗਾ ਰਹੀ ਕਿਤੇ, ਕਿਸਾਨ ਜਾਂ ਜ਼ਿਮੀਦਾਰ ਮਸ਼ੀਨ ਖਰੀਦਣਗੇ, ਲਗਾਉਣਗੇ ਪਿੰਡਾਂ 'ਚ? ਹਾਂ, ਜ਼ਿਮੀਦਾਰ ਮੇਰੇ ਹਿਸਾਬ ਨਾਲ ਖਰੀਦਣਗੇ, ਕੋਈ ਬਹੁਤਾ ਖਰਚਾ ਨਹੀਂ ਗਾ ਜਿਸ ਹਿਸਾਬ ਨਾਲ ਸਾਨੂੰ ਉਹਨੇ ਦੱਸਿਆ ਹੈ ਨਾ। ਅਸੀਂ ਗੱਲਬਾਤ ਅੱਗੇ ਵੀ ਹੁਣ ਉਹਨਾਂ ਨਾਲ ਕਰ ਰਹੇ ਹਾਂ, ਜੇ ਹਿਸਾਬ ਨਾਲ ਉਹਨੇ ਸਾਨੂੰ ਦੱਸਿਆ ਵੀ ਇੰਨੀ ਕੁ ਜ਼ਮੀਨ 5-7 ਏਕੜ ਚਾਹੀਦੀ ਆ, ਉਹਦੇ ਵਿੱਚ ਤੁਸੀਂ ਜਮ੍ਹਾਂ ਵੀ ਕਰ ਸਕਦੇ ਆ, ਇੰਨਾ ਕੁ ਥਾਂ ਸਾਨੂੰ ਆਹ ਚਾਹੀਦਾ, ਉੱਥੇ ਸ਼ੈੱਡ ਬਣਾ ਸਕਦੇ ਇਹਦੀ ਫੈਕਟਰੀ ਦਾ ਆ। ਇੱਕ ਸਿਰਫ ਇਹ ਵਿਚਾਰੇ ਕਹਿੰਦੇ ਵੀ ਸਾਡੇ ਕੋਲ ਇੱਕ ਜਿੱਦਾਂ ਆਪਣੇ ਲੈ ਕੇ ਜਾਣਾ ਇੱਕ ਥਾਂ ਤੋਂ ਦੂਜੇ ਥਾਂ ਲੋਡ ਕਰਨਾ ਆਪਣੀ ਪਰਾਲੀ ਖੋਰੀ, ਉਹ ਟਰਾਲੇ ਜਿਹੜੇ ਉਹ ਚਾਹੀਦੇ ਹੁੰਦੇ, ਉਹ ਜ਼ਿਮੀਦਾਰਾਂ ਕੋਲ ਹੈਗੇ ਆ, ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਸਾਨੂੰ ਆ ਸਕਦੀ। ਅਸੀਂ ਇਕੱਠਾ ਕਰਕੇ ਲਿਆ ਵੀ ਸਕਦੇ ਹਾਂ, ਅਸੀਂ ਇਹਨਾਂ ਦੀ ਜਿਹੜੀ ਫੈਕਟਰੀ ਆ ਜੇ ਕਿਤੇ ਮਹਾਰਾਜ ਕਿਰਪਾ ਕਰਕੇ ਚੱਲ ਗਏ, ਅਸੀਂ ਇਹਨਾਂ ਦੀ ਬਹੁਤ ਸਪੋਰਟ ਕਰਾਂਗੇ, ਜ਼ਿਮੀਦਾਰ ਸਾਰੇ ਸਪੋਰਟ ਕਰਨਗੇ, ਅਤੇ ਝੋਨਾ ਜੇ ਪਰਾਲੀ ਦਾ ਵੀ ਹੋਊਗਾ, ਚਲੋ ਪਰਾਲੀ ਵੀ ਅਸੀਂ ਆਪਣੇ ਵਰਤਾਂਗੇ। ਇਹ ਜਿਹੜੀ ਚੀਜ਼ ਤਿਆਰ ਕਰ ਰਹੇ ਵੀ ਇਹ ਸ਼ਲਾਘਾ ਜੋਗਾ, ਮੈਂ ਤਾਂ ਇਹ ਕਹਿੰਦਾ ਵੀ ਸੈਂਟਰ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ, ਇਹਨਾਂ ਨੂੰ ਸਬਸਿਡੀ ਦਿੱਤੀ ਜਾਵੇ, ਇਹਦੇ 'ਤੇ ਕੋਈ ਇਹਦਾ ਪ੍ਰਦੂਸ਼ਣ ਨਹੀਂ। ਫਿਰ ਆਹ ਦੱਸੋ ਜੀ, ਆਹ ਕਹੂੰਗਾ ਕੋਈ ਪ੍ਰਦੂਸ਼ਣ ਨਹੀਂ, ਸੈਂਪਲ ਭਰਿਆ ਕੋਲੇ ਦਾ ਬਈ ਆਪਣੇ ਕੋਲ ਪਿਆ ਆ, ਜਾਂ ਕਿਤੇ ਕੋਈ ਸਮੈਲ ਆਈ ਹੈ ਜਾਂ ਕੋਈ ਆਇਆ ਜਾਂ ਕੋਈ ਨਹੀਂ, ਉਹ ਜਿਹੜੀ ਫੈਕਟਰੀ ਲਾ ਰਹੇ ਉੱਥੇ ਦੱਸੋ ਵੀ ਉਹ ਬੰਦੇ ਵਿਚਾਰੇ ਰੋਟੀ ਖਾਣ ਤੋਂ ਤੰਗ, ਹਾਂ ਉਹਨਾਂ ਦੇ ਚਮੜੀ ਰੋਗ, ਉਹਨਾਂ ਦੇ ਕੈਂਸਰ ਰੋਗ, ਕਿੰਨੇ ਰੋਗ ਉਹਨਾਂ ਨਾਲ ਲੱਗ ਰਹੇ। ਆਹ ਫੈਕਟਰੀ ਜਿਹੜੀ ਆ ਇਹ ਆਪਣੇ ਪੰਜਾਬ ਨੂੰ ਦਿੱਤੀ ਜਾਵੇ, ਸਾਰੇ ਇੰਡੀਆ ਨੂੰ ਦਿੱਤੀ ਜਾਵੇ ਤਾਂ ਚੰਗੀ ਗੱਲ।